ਉਹ ਦੋ ਕੌੜੀ ਦਾ ਬੰਦਾ ਹੈ ਨੂੰ ਇੰਗਲਿਸ਼ ਦੇ ਵਿੱਚ ਆਪਾਂ ਕਿਵੇਂ ਬਣਾਵਾਂਗੇ? ਇਹ ਤਾਂ ਆਪਾਂ ਲਿਖੀ ਦੇਵਾਂਗੇ ਹੀ ਇਜ਼, ਫਿਰ ਇਸ ਤੋਂ ਬਾਅਦ ਆਪਾਂ ਲਿਖਾਂਗੇ ਦੋ ਕੌੜੀ ਦੇ ਬੰਦੇ ਦੀ ਇੰਗਲਿਸ਼। ਆਓ ਲਿਖੀਏ, ਹੀ ਇਜ਼ ਅ, ਹੀ ਇਜ਼ ਅ ਟੂ ਬਿਟ ਪਰਸਨ। ਤੁਸੀਂ ਇਹਨੂੰ ਏਦਾਂ ਕਹਿ ਸਕਦੇ ਹੋ, ਹੀ ਇਜ਼ ਅ ਟੂ ਬਿਟ ਪਰਸਨ। ਤੁਸੀਂ ਪਰਸਨ ਦੀ ਥਾਂ ਤੇ ਮੈਨ ਵੀ ਕਹਿ ਸਕਦੇ ਹੋ। ਸੋ ਟੂ ਬਿਟ ਪਰਸਨ ਦਾ ਮਤਲਬ ਹੋ ਗਿਆ ਦੋ ਕੌੜੀ ਦਾ ਬੰਦਾ। ਉਹ ਦੋ ਕੌੜੀ ਦਾ ਬੰਦਾ ਹੈ, ਦੀ ਇੰਗਲਿਸ਼ ਕੀ ਬਣ ਗਈ? ਹੀ ਇਜ਼ ਅ ਟੂ ਬਿਟ ਪਰਸਨ।